रीदा सोई सरगुण ढूंढ लो जिथों लभी बथ छप्पड़ ढूंढे क्या होवे चिक्कड़ डूबे हथ सोई सरबर ढूंढ लो फरीद कहना कोई एह जा बंदा हिरदा ढूंढ लो सरबर है वह सरोवर है घटो घट छप्पड़ नहीं है जेडे दो दीवे जलते ने तो छप्पड़िया ने ओते छप्पड़े रहंदी है एक तो सरोवर तो खाली होंदा है सरोवर दे विच तो होंदी अग सरोवर होंदा उहनां दा पूर होंदा एक टोआ जिहा पट के बनाया होंदा वो जग जाल दे जोगी उहनूं पूर कहिंदे ने पूर जिथे धूणा आपां कहिंदे आ आपां धूणा कहिंदे पूर कहिंदे ने हिंदी च इह च वी आया है पूर कबीर दे विच पूर आया है लफ्ज़ ते ਉਹ ਜਿਹੜਾ ਟੋਆ ਹੈ ਉਹੀ ਸਰੋਵਰ ਹੈ ਉੱਥੇ ਕੀ ਹੈ ਉੱਥੇ ਮਾਇਆ ਦੀ ਅੱਗ ਹੈ ਆਪਣੀ ਹੁਣ ਹਿਰਦਾ ਕਾਹਦੇ ਸੜਦਾ ਹਿਰਦਾ ਸੜਦਾ ਕਿਉਂ ਹੈ ਮਾਇਆ ਕਰਕੇ ਸੜਦਾ ਉੱਥੇ ਮਾਇਆ ਦੇ ਕੋਲੇ ਸਾਰੀ ਉੱਥੇ ਨੇ ਔਰ ਟਕੇ ਹੋਏ ਨੀ ਜਗਦੇ ਨੇ ਉਹਦਾ ਕੁਝ ਇਹ ਤਾਂ ਬੰਦ ਕਰ ਦਿੰਦੇ ਤਾਂ ਬੁਝਦੇ ਨੇ ਬੰਦ ਟੱਕਣ ਨਹੀਂ ਹੈਗਾ ਜਿੱਦਣ ਟੱਕਣ ਲੱਗਣਾ ਉੱਦਣ ਬੰਦ ਹੋ ਜਾਣੇ ਨੇ ਬਲਕਿ ਢੱਕਣ ਲਾ ਕੇ ਨਹੀਂ ਬੰਦ ਕੀਤੇ ਦੇਖੋ ਦੋ ਕਿਸਮ ਦੇ ਕੋਲੇ ਨੇ ਕੋਲੇ ਉਹੀ ਨੇ ਦੋ ਕਿਸਮ ਨਾਲ ਕੋਲੇ ਬੁਝਦੇ ਨੇ ਇੱਕ ਪਾਣੀ ਪਾ ਕੇ ਬੁਝਦੇ ਨੇ ਇੱਕ ਉਹਦੀ ਗੈਸ ਅੰਦਰ ਬੰਦ ਕਰਕੇ ਬੁਝਦੇ ਨੇ ਗੁਰਬਾਣੀ ਪਾਣੀ ਪਾ ਕੇ ਕੋਲਿਆਂ ਨੂੰ ਬੁਝਾ ਲਈ ਹੈ ਨਾ ਕਿ ਢੱਕਣ ਦੇ ਜਿਹਨੇ ਗਾਹਾਂ ਕੋਲਿਆਂ ਤੋਂ ਕੰਮ ਲੈਣਾ ਨਾ ਉਹ ਗੈਸ ਬੰਦ ਕਰਕੇ ਬੁਝਾਉਂਦਾ ਜਿਹਨੇ ਕੰਮ ਨਹੀਂ ਲੈਣਾ ਕੋਲਿਆਂ ਤੋਂ ਪਾਣੀ ਪਾ ਕੇ ਬੁਝਾ ਪਾਣੀ ਪਾ ਕੇ ਬਜਾਏ ਹੋਏ ਕੋਲੇ ਉਹੋ ਜਿਹੇ ਕੋਲੇ ਨਹੀਂ ਰਹਿੰਦੇ ਜਿਹੜੇ ਗੈਸ ਬੰਦ ਕਰਕੇ ਬਜਾਏ ਹੋਏ ਹੁੰਦੇ ਜਿਹੜਾ ਪਾਣੀ ਕੋਲਿਆਂ ਨੇ ਸਾੜਤਾ ਜਿੰਨਾ ਪਾਣੀ ਸਾੜਿਆ ਗੈਸ ਬਣਾਈ ਹੈ ਉਨੀ ਅੱਗ ਉਹਨਾਂ ਦੀ ਘਟ ਗਈ ਕੋਲਿਆਂ 'ਚ ਉਨੀ ਅੱਗ ਜਿੰਨਾ ਪਾਣੀ ਸਾੜਤਾ ਕੋਲਿਆਂ ਨੇ ਪਾਣੀ ਸਾੜਦਾ ਨਾ ਪਾਏ ਤੇ ਉਨੀ ਉਹਨਾਂ 'ਚ ਗਰਮੀ ਘਟ ਗਈ ਪਾਣੀ ਲੈ ਕੇ ਗਰਮੀ ਜੇ ਗੈਸ ਬੰਦ ਕਰਕੇ ਸਾੜਦੇ ਹੋ ਗਰਮੀ ਉਹਨਾਂ ਦੇ ਵਿੱਚ ਰਹਿੰਦੀ ਦੁਆਰਾ ਦਿਖਾਈ ਜਾ ਸਕਦੇ ਹਾਂਜੀ ਰੀਦਾ ਸੋਈ ਸਰਬਲ ਢੂੰਡ ਲੋ ਜਿੱਥੋਂ ਲੱਭੀ ਬਥ ਛੱਪੜ ਢੂੰਡੇ ਗਿਆ ਹੋਵੇ ਚਿੱਕੜ ਡੁੱਬੇ ਹੱਥ ਉਹ ਬੰਦਾ ਢੂੰਡ ਲੋ ਜਿਹਦੇ ਕੋਲੇ ਹਿਰਦਾ ਸਰੋਵਰ ਹੈ ਗਿਆਨ ਸਰੋਵਰ ਸੀ ਜਿਹਦੇ ਕੋਲ ਨਾ ਉਹ ਬੰਦਾ ਢੂੰਡ ਲੋ ਸਰਬਲ ਢੂੰਡ ਲੋ ਜਿੱਥੋਂ ਲੱਭੀ ਬਥ ਜਿੱਥੋਂ ਥੋੜਾ ਬਹੁਤਾ ਗਿਆਨ ਪੈਦਾ ਹੋਇਆ ਉਹ ਢੋਲਣ ਆਇਆ ਫਰੀਦ ਟੋਲਣ ਆਇਆ ਜਿੱਥੋਂ ਥੋੜਾ ਜਿਹਾ ਗਿਆਨ ਨਾਨਕ ਵਾਲਾ ਸਰੋਵਰ ਸੀ ਮੈਂ ਜਿਹੜਾ ਤੁਰਿਆ ਫਿਰਦਾ ਕਿਤੇ ਗੱਲ ਸੁਣ ਲਈ ਫਰੀਦ ਨੇ ਨਿਆਣੇ ਹੁੰਦੇ ਨੇ ਜਦ ਥੋੜਾ ਜਿਹਾ ਗਾਹਾਂ ਨੂੰ ਹੋਰ ਵਧਿਆ ਪੂਰੀ ਸਮਝ ਨਾ ਆਈ ਸਿਆਣੇ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਪੂਰੀ ਤਾਂ ਸਾਨੂੰ ਵੀ ਨਹੀਂ ਸਮਝ ਆਈ ਫਿਰ ਟੋਲਦਾ ਫਿਰਦਾ ਸਰੋਵਰ ਫਰੀਦ ਟੋਲਦਾ ਗੋਇੰਦਵਾਲ ਆ ਗਿਆ ਸੋਈ ਸਰਵਰ ਉੱਥੋਂ ਢੂੰਡਦਾ ਹੀ ਆਇਆ ਹੋਰ ਕੀ ਕਹਿੰਦਾ ਜਿੱਥੋਂ ਲੱਭੀ ਬਥ ਨਾਨਕ ਤੋਂ ਬਥ ਲੱਭੀ ਤੀ ਨਾਨਕ ਮਿਲ ਗਿਆ ਨਾਨਕ ਮਿਲਿਆ ਨਾ ਸਰੋਵਰ ਉਹੀ ਆ ਉਹਦੇ ਭਾਵੇਂ ਕੋਈ ਸਰੋਵਰ ਹੈ ਜਾਂ ਨਾਨਕ ਨਾ ਹੋਏ ਨਾਨਕ ਹੈ ਸਰੋਵਰ ਦਾ ਜਿੱਥੇ ਬਥ ਹੈ ਕਹਿੰਦਾ ਛੱਪੜ ਟੁੱਟਣੇ ਕਿਹਾ ਛੱਪੜਾਂ ਦਾ ਉਹ ਵੀ ਟੋਲਦਾ ਆਇਆ ਛੋਟੇ ਛੋਟੇ ਸੰਤਾਂ ਕੋਲ ਦਾ ਉਹ ਵੀ ਵਹਿੰਦਾ ਉੱਠਦਾ ਆਇਆ ਉਹ ਪਹਿਲਾਂ ਅੰਮ੍ਰਿਤਸਰ ਵੀ ਹੋ ਕੇ ਹੀ ਆਇਆ ਸੀ ਅੰਮ੍ਰਿਤਸਰ ਤਾਂ ਖੈਰ ਨਹੀਂ ਉਹਦੇ ਕੋਲ ਸ੍ਰੀ ਚੰਦ ਕੋਲ ਸ੍ਰੀ ਚੰਦ ਕੋਲ ਤਾਂ ਉਹ ਵੀ ਹੋ ਕੇ ਆਇਆ ਹੋਊਗਾ ਦੇਖ ਕੇ ਆਇਆ ਹੋਊ ਪਹਿਲਾਂ ਉਹ ਨਾਨਕ ਦਾ ਪਹਿਲਾਂ ਉੱਥੇ ਹੀ ਸੀ ਨਾ ਪਹਿਲਾਂ ਤਾਂ ਉਹਦਾ ਐਡਰੈਸ ਉੱਥੇ ਹੀ ਮਿਲਿਆ ਹੋਰ ਨੂੰ ਕਿ ਪਰਿਓਂ ਆਇਆ ਵੀ ਭਾਈ ਨਾਨਕ ਦਾ ਠਿਕਾਣਾ ਫਲਾਣੇ ਥਾਂ ਸੀ ਤਾਂ ਉੱਥੋਂ ਦੇਖਿਆ ਵੀ ਇੱਥੋਂ ਤਾਂ ਭਾਈ ਚਲੇ ਗਏ ਸੀ ਗੋਇੰਦਵਾਲ ਨਾ ਉੱਥੇ ਖਡੂਰ ਸਾਹਿਬ ਫਿਰ ਉਹ ਖਡੂਰ ਸਾਹਿਬ ਵੀ ਗਿਆ ਉੱਥੇ ਵੀ ਛੱਪੜੀ ਟੋਲੀ ਸ੍ਰੀ ਚੰਦ ਵਾਲੀ ਛੱਪੜੀ ਵੀ ਟੋਲੀ ਉੱਥੇ ਵੀ ਕੁਛ ਨਹੀਂ ਮਿਲਿਆ ਉੱਥੇ ਵੀ ਹੱਥ ਡੁੱਬੇ ਉੱਥੇ ਵੀ ਮਾਇਆ ਸੀ ਉੱਥੇ ਵੀ ਮਾਇਆ ਸੀ ਗੋਇੰਦਵਾਲ ਆਇਆ ਉੱਥੋਂ ਮਿਲ ਗਿਆ ਉੱਥੇ ਸਰੋਵਰ ਸੀ ਉੱਥੇ ਚਿੱਕੜ ਸੀ ਮਾਇਆ ਮੋਹ ਦਾ ਉਹ ਕੁਛ ਗੱਲ ਕਹਿ ਗਿਆ ਫਰੀਦ ਗੱਲ ਕਹਿ ਗਿਆ ਹਿਸਟਰੀ ਦੱਸ ਗਿਆ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਤੱਕ ਦੀ ਹਿਸਟਰੀ ਆਹ ਦੱਸਦੀ ਉਹਨੇ ਗੱਲ 'ਚ ਛੱਪੜ ਉਹ ਵੀ ਟੋੜਦਾ ਆਇਆ ਫਿਰ ਛੱਪੜ ਹੋਰ ਕਿੱਥੇ ਸੀ ਅੰਮ੍ਰਿਤਸਰ ਆਇਆ ਹੋਵੇ ਅੰਮ੍ਰਿਤਸਰ ਦਾ ਵਿਚਾਰ ਬਣਿਆ ਹੀ ਨਹੀਂ ਗੋਇੰਦਵਾਲ ਤੋਂ ਬਾਅਦ
ਮੈਂ ਵੀ ਕਹਿ ਗਿਆ ਸੀ ਅੰਮ੍ਰਿਤਸਰ ਗਲਤੀ ਨਾਲ। ਅੰਮ੍ਰਿਤਸਰ ਤਾਂ ਉਦੋਂ ਹੈ ਮੌਜੂਦ ਹੈ ਨੀ, ਅੰਮ੍ਰਿਤਸਰ ਦੋ ਹੀ ਜਗ੍ਹਾ ਨੇ, ਸ੍ਰੀ ਚੰਦ ਹੈਗਾ, ਸ੍ਰੀ ਚੰਦ ਹੈਗਾ, ਦਾਤੂ ਦਾਸੂ ਵੀ ਹੈਗੇ ਨੇ, ਦੋ ਹੀ ਜਗ੍ਹਾ ਜਾ ਸਕਦਾ। ਤੋੜਦਾ ਦੇਖੋ ਨਾ, ਪੈਣ ਦੇਖਦਾ ਦੇਖਦਾ ਹੀ ਜਾਊ ਆਦਮੀ, ਉਹਨੂੰ ਕੀ ਪਤਾ ਗੋਇੰਦਵਾਲ ਤਾਂ ਪਰਿਓ ਆਇਆ ਵਿਚਾਰਾ। ਕੋਈ ਔਖਾ ਨੀ ਹੈ ਇਸ ਦੀ ਦੇਖਣੀ ਸਾਨੂੰ, ਲੱਭਣੀ ਗੁਰਬਾਣੀ ਚੋਂ। ਉਦੋਂ ਤਾਂ ਗਿਆਨ ਹੈ ਨੀ, ਇਹ ਸੰਸਾਰ ਦੇ ਗਿਆਨ ਹੈ ਨੀ ਉਸ ਵੇਲੇ। ਇਸਲਾਮ ਨੂੰ ਪਲਟ ਕੇ ਰੱਖ ਦਿੰਦਾ ਉਹ ਉਦੋਂ। ਹਾਂਜੀ